ਮੀਡੀਆ ਰਿਪੋਰਟਸ ਨੇ ਕਿ 2022 ਦੇ ਵਿੱਚ ਅਕਾਲੀ ਦਲ ਬੀਜੇਪੀ ਤੋਂ ਵੱਖ ਹੋ ਕੇ ਚੋਣਾਂ ਲੜ ਰਹੇ ਇਹਦੇ ਬਾਰੇ ਕੀ ਕਹਿਣਾ ਯਾਰ ਆਹ ਦੱਸਾਂ ਕੀ ਹੈ ਆਹ ਜਿਹੜੀਆਂ ਗੱਲਾਂ ਹੈਗੀਆਂ ਸਾਰੀਆਂ ਮੀਡੀਆ 'ਚ ਹੀ ਰਹਿੰਦੀਆਂ ਮੈਨੂੰ ਲੱਗਦਾ ਪਿਛਲੇ 20 ਸਾਲ ਤੋਂ ਮੈਂ ਸੁਣ ਰਿਹਾ ਪਰ ਮੈਂ ਇੰਨਾ ਕਹਿਣਾ ਚਾਹੁੰਦਾ ਜਿਹੜੇ ਟਕਸਾਲੀ ਅਤੇ ਆਪਣੇ ਆਪ ਨੂੰ ਟਕਸਾਲੀ ਕਹਿੰਦੇ ਹੈ ਹੁਣ ਢੀਂਡਸਾ ਸਾਹਿਬ ਦੀ ਗੱਲ ਕਰ ਲਓ ਤੁਸੀਂ ਉਹਨਾਂ ਢੀਂਡਸਾ ਸਾਹਿਬ ਦੀ ਜਿਹੜਾ ਸੰਮੇਲਨ ਕਰਦੇ ਹੋ ਦੇਖਿਆ ਕਿ ਉਹਦੇ 'ਚ ਕੌਣ ਕੌਣ ਆਉਂਦਾ ਸਭ ਤੋਂ ਨਾਲ ਢੀਂਡਸਾ ਸਾਹਿਬ ਦੇ ਨਾਲ ਹੁੰਦਾ ਪਰਮਜੀਤ ਸਰਨਾ ਪਰਮਜੀਤ ਸਰਨਾ ਕਾਂਗਰਸ ਦਾ ਫਰੰਟ ਜਿਹਦਾ ਟਾਈਟਲ ਜਗਦੀਸ਼ ਟਾਈਟਲਰ ਨਾਲ ਐਚ ਕੇ ਐਲ ਭਗਤ ਨਾਲ ਸੱਜਣ ਕੁਮਾਰ ਦਾ ਸਭ ਤੋਂ ਨਜ਼ਦੀਕੀ ਹਰ ਦਿੱਲੀ ਦੇ ਇਲੈਕਸ਼ਨ ਵਿੱਚ ਸਰਨਾ ਕਾਂਗਰਸ ਨਾਲ ਦੀ ਅਲਾਇੰਸ ਹੁੰਦੀ ਹੈ ਉਹ ਢੀਂਡਸਾ ਸਾਹਿਬ ਨਾਲ ਦੂਜੇ ਪਾਸੇ ਕੌਣ ਹੈ ਜਿਹੜਾ ਉਹਨਾਂ ਨਾਲ ਆ ਮਨਜੀਤ ਜੀ ਕੇ ਮਨਜੀਤ ਜੀ ਕੇ ਕੌਣ ਹੈ ਜਿਹਨੂੰ ਲੋਕਲ ਦਿੱਲੀ ਕੋਰਟ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਦੇ ਗੋਲਕ ਬੰਗਲਾ ਸਾਹਿਬ ਦੇ ਗੋਲਕ ਤੋਂ ਤਕਰੀਬਨ 10 ਕਰੋੜ ਰੁਪਇਆ ਕੱਢਿਆ ਅਤੇ ਉਹਨੇ ਆਪਣੇ ਨਿੱਜੀ ਵਰਤਿਆ ਉੱਥੋਂ ਦੀ ਜਾਇਦਾਦਾਂ ਆਪਣੇ ਨਾਲ ਕਰਾਈਆਂ ਅਤੇ ਅਸ ਕੋਰਟ ਨੇ ਉਹਦੇ 'ਤੇ ਪਰਚਾ ਕੀਤਾ ਅਤੇ ਕੋਰਟ ਨੇ ਹੁਣ ਜ਼ਮਾਨਤ 'ਤੇ ਹੈ ਉਹਦੇ ਨਾਲ ਹੈ ਉਹ ਉਹ ਗੱਲ ਕਰਦੀ ਹੈ ਸਿੱਖੀ ਦੀ ਫਿਰ ਉਹਨਾਂ ਨਾਲ ਹੈ ਰਾਮੂ ਵਾਲੀਆ ਜਿਹੜਾ ਸਮਾਜਵਾਦੀ ਪਾਰਟੀ ਦਾ ਐਮ ਸੀ ਹੈ ਉਹ ਵੀ ਕਿੱਥੇ ਗੋਲਕ ਚੋਰ ਇੱਕ ਪਾਸੇ ਕਾਂਗਰਸੀ ਅਥਵਾ ਜਿਹੜੇ ਸੱਜਣ ਕੁਮਾਰ ਦੇ ਜਿਨ੍ਹਾਂ ਨੇ 84 ਦੇ ਕਤਲੇਆਮ ਕੀਤੇ ਹੈ ਨਾਲ ਰਵਿੰਦਰ ਜੋ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਕਲੋਜ਼ੈਸਟ ਆਹ ਹੈ ਕੀ ਸੰਗਠਨ ਆਹ ਸਾਰਿਆਂ ਦਾ ਨਿਸ਼ਾਨਾ ਇੱਕੋ ਇੱਕ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ 100 ਸਾਲ ਪੁਰਾਣੀ ਪਾਰਟੀ ਨੂੰ ਕੋਈ ਕਮਜ਼ੋਰ ਕੌਣ ਮੈਂ ਕਿਹਨੇ ਕਿਹਾ ਕੋਈ ਗੱਲ ਸੀ ਮੈਂ ਦੱਸਿਆ ਹਰ ਚੀਜ਼ਾਂ ਮੀਡੀਆ 'ਚ ਜਿਹੜੀਆਂ ਆਉਂਦੀਆਂ ਉਹ ਸਹੀ ਨਹੀਂ ਹੁੰਦੀਆਂ ਜਿਹੜੀ ਹੈ ਸਾਡਾ ਆਮ ਆਦਮੀ ਪਾਰਟੀ ਨਾਲ ਕੋਈ ਤਲਕ ਨਹੀਂ ਐਂਡ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਜਿਹੜਾ ਗੜਤੋੜ ਹੈ ਉਹ ਪੰਜਾਬ ਦੀ ਅਮਨ ਸ਼ਾਂਤੀ ਤਰੱਕੀ ਦਾ ਗੜਜੋੜ ਹੈ ਐਂਡ ਪ੍ਰੂਵ ਕੀਤਾ ਕਿ ਜਦੋਂ ਵੀ ਪੰਜਾਬ ਤਰੱਕੀ ਆਈ ਹੈ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਗੜਜੋੜ ਕਰਕੇ ਆਈ ਥੈਂਕ ਯੂ ਬੰਗਾਲ ਦੇ ਪ੍ਰਸਿੱਧ ਅਗੋਰੀ ਬਾਬਾ ਬਾਲ ਕ੍ਰਿਸ਼ਨ ਜੀ 36 ਸਾਲਾਂ ਦਾ ਮਹਾਨ ਤਜੁਰਬਾ ਜੋਤਸ਼ੀ ਮੌਲਵੀ ਤਾਂਤਰਿਕ ਬਾਬੇ ਬਾਬਿਆਂ ਕੋਲ ਜਾਵੋ ਬਾਰੋ ਵਾਰੀ ਅਗੋਰੀ ਬਾਬਾ ਬਾਲ ਕ੍ਰਿਸ਼ਨ ਜੀ ਕੋਲ ਆਵੋ ਸਿਰਫ ਇੱਕ ਵਾਰੀ ਘਰ ਬੈਠੇ ਬੈਠੇ ਹੀ ਹਰ ਕੰਮ ਸਿਰਫ 7 ਘੰਟਿਆਂ ਵਿੱਚ ਗਰੰਟੀ ਅਸਟਾਮ ਪੇਪਰ 'ਤੇ ਲਿਖ ਕੇ ਲਵੋ ਜੀ ਨਵੇਂ ਸਾਲ ਦਾ ਭਵਿੱਖ ਮੁਫਤ ਵਿੱਚ ਜਾਣੋ ਸੁਪਰ ਸਪੈਸ਼ਲਿਸਟ ਮਹਾਂਵਸ਼ੀਕਰਨ ਮਨ ਚਾਹਿਆ ਪਿਆਰ ਪ੍ਰਾਪਤ ਕਰੋ ਲਵ ਮੈਰਿਜ ਲਈ ਘਰ ਵਾਲਿਆਂ ਨੂੰ ਮਨਾਓ ਵਿਦੇਸ਼ਾਂ ਦਾ ਵੀਜ਼ਾ ਲਗਵਾਓ ਵਿਦੇਸ਼ ਵਿੱਚ ਗ੍ਰੀਨ ਕਾਰਡ ਲੈ ਕੇ ਪੱਕੇ ਹੋਵੋ ਕਾਰੋਬਾਰ ਵਿੱਚ ਪੈਂਦੀ ਰੁਕਾਵਟ ਨੂੰ ਦੂਰ ਕਰੋ ਰਾਤੋ ਰਾਤ ਕਰਜ਼ੇ ਤੋਂ ਮੁਕਤੀ ਪਾਓ ਪਤੀ ਪਤਨੀ ਸੱਸ ਨੂੰਹ ਵਿੱਚ ਹੋ ਰਹੇ ਲਗਾਤਾਰ ਕਲੇਸ਼ ਨੂੰ ਦੂਰ ਕਰੋ ਸੋਤਣ ਤੋਂ ਛੁਟਕਾਰਾ ਪਾਓ ਦੁਸ਼ਮਣ ਦਾ ਜੜ ਤੋਂ ਖਾਤਮਾ ਕਰੋ ਬੱਚਿਆਂ ਨੂੰ ਕਹਿਣਾ ਮੰਨਣ ਲਾਵੋ ਕਿਸੇ ਵੀ ਕੋਰਟ ਵਿੱਚ ਜਿੱਤ ਪ੍ਰਾਪਤ ਕਰੋ ਹਰ ਬਿਮਾਰੀ ਨੂੰ ਜੜ ਤੋਂ ਖਤਮ ਕਰੋ ਲਾਟਰੀ ਨੰਬਰ ਅਤੇ ਗੁਪਤ ਖਜ਼ਾਨਾ ਪ੍ਰਾਪਤ ਕਰਨ ਲਈ ਵੀ ਮਿਲ ਸਕਦੇ ਹੋ ਸਾਰੀਆਂ ਸਮੱਸਿਆਵਾਂ ਦਾ ਹੱਲ ਮੁਫਤ ਵਿੱਚ ਗਰੰਟੀ ਨਾਲ 7 ਘੰਟਿਆਂ ਵਿੱਚ ਹੋਵੇਗਾ ਮੌਲਵੀ ਮੁੱਲਾ ਪੰਡਿਤ ਤਾਂਤਰੀ ਨੂੰ ਖੁੱਲ੍ਹਾ ਚੈਲੰਜ ਮੇਰੇ ਤੋਂ ਪਹਿਲਾਂ ਕੰਮ ਕਰਾ ਕੇ ਦਿਖਾਓ ਮੂੰਹ ਮੰਗਿਆ ਇਨਾਮ ਪਾਓ ਹੁਣ ਤੱਕ ਲੱਖਾਂ ਲੋਕਾਂ ਦਾ ਕੰਮ ਬਣਾ ਚੁੱਕੇ ਅਘੋਰੀ ਬਾਬਾ ਬਾਲ ਕ੍ਰਿਸ਼ਨ ਜੀ ਤੋਂ ਤੁਸੀਂ ਹਰ ਇੱਕ ਸਮੱਸਿਆ ਮੁਫਤ ਵਿੱਚ ਹੱਲ ਕਰਨ ਲਈ ਸੰਪਰਕ ਕਰੋ 8264143264 ਤੁਸੀਂ ਦੁਬਾਰਾ ਨੰਬਰ ਫਿਰ ਨੋਟ ਕਰ ਸਕਦੇ ਹੋ 82641 43264